ਨਵਦੀਪ ਜਲਬੇੜਾ ਨੂੰ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ 3 ਮਹੀਨੇ ਤੋਂ ਪਰਸਮਾ ਹੋ ਗਿਆ ਸੁੱਟਿਆ ਵਾ। ਅਸਲ ਦੇ ਵਿੱਚ ਸੁੱਟਿਆ ਜਾਣਾ ਚਾਹੀਦਾ ਸੀਗਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਅਜੇ ਮਿਸ਼ਰਾ ਟਹਿਣੀ ਜੀ ਨੇ 4 ਕਿਸਾਨ ਇੱਕ ਪੱਤਰਕਾਰ ਵੀਰ ਦਰੜ ਕੇ ਸ਼ਹੀਦ ਕੀਤਾ ਸੀ। ਪਰ ਭਾਰਤ ਵਾਸੀਓ ਇੱਥੇ ਵੇਖ ਲਓ ਵਿਤਕਰਾ ਕਿੱਡਾ ਵੱਡਾ ਹੋ ਰਿਹਾ। ਇਸ ਵਿਤਕਰੇ ਦੇ ਬਰਖਿਲਾਫ਼ ਤੁਸੀਂ ਲਾਮਬੰਦ ਦੇ ਤੁਸੀਂ ਪਿਛਲੇ 4 ਮਹੀਨਿਆਂ ਤੋਂ ਅੱਜ 136 ਦਿਨ ਹੋ ਗਏ ਆ ਸ਼ੰਭੂ ਖਨੌਰੀ ਤੇ ਰਤਨਪੁਰਾ ਮੋਰਚੇ ਲਾ ਕੇ ਬੈਠੇ ਜੀ। 17 ਤਰੀਕ ਨੂੰ SSP ਅਬਾਲਾ ਨੂੰ ਇਹ ਦੱਸ ਦਈਏ ਕਿ ਕਿਵੇਂ ਵਾਰ ਵਾਰ ਛੋਟੇ ਮੋਟੇ ਪਰਚਿਆਂ ਚ ਫਸਾ ਕੇ ਹਰ ਡਿਗਰੀ ਟੋਰਚਰ ਕੀਤਾ ਜਾ ਰਿਹਾ ਵਾ ਉਸ ਕਿਸਾਨੀ ਘੋਲ ਦੀ ਯੋਧੇ ਤੇ ਕਿਰਪੀਆਂ ਕਾਮਿਆਂ ਨੂੰ ਇੱਕ ਮਾਂ ਧੋ ਕੇ ਲੜਨ ਦੀ ਲੋੜ ਆ। ਆਓ 17 ਜੁਲਾਈ ਨੂੰ SSP ਅਬਾਲਾ ਬਹੁਤ ਵੱਡੇ ਇਕੱਠ ਕਰਕੇ ਇਹ ਦੱਸ ਦਈਏ ਵੀ ਇਹ ਲੋਕ ਜਿਹੜੇ ਆ ਇਹ ਸੁੱਤੇ ਨਹੀਂ ਗਏ। ਭਾਰਤ ਦੇ ਲੋਕਾਂ ਦਾ ਦੇਸ਼ ਆ ਤੇ ਲੋਕ ਆਪਣੀਆਂ ਮੰਗਾਂ ਮਸਲੇ ਨੂੰ ਹੱਲ ਕਰਾਉਣ ਤੱਕ ਲੜਾਈ ਜਾਰੀ ਰੱਖਣਗੇ। ਨਵਦੀਪ ਜਲਬੇੜਾ ਨੂੰ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ 3 ਮਹੀਨੇ ਤੋਂ ਪਰਸਮਾ ਹੋ ਗਿਆ ਸੁੱਟਿਆ ਵਾ। ਅਸਲ ਦੇ ਵਿੱਚ ਸੁੱਟਿਆ ਜਾਣਾ ਚਾਹੀਦਾ ਸੀਗਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਅਜੇ ਮਿਸ਼ਰਾ ਟਹਿਣੀ ਜੀ ਨੇ 4 ਕਿਸਾਨ ਇੱਕ ਪੱਤਰਕਾਰ ਵੀਰ ਦਰੜ ਕੇ ਸ਼ਹੀਦ ਕੀਤਾ ਸੀ। ਪਰ ਭਾਰਤ ਵਾਸੀਓ ਇੱਥੇ ਵੇਖ ਲਓ ਵਿਤਕਰਾ ਕਿੱਡਾ ਵੱਡਾ ਹੋ ਰਿਹਾ। ਇਸ ਵਿਤਕਰੇ ਦੇ ਬਰਖਿਲਾਫ਼ ਤੁਸੀਂ ਲਾਮਬੰਦ ਦੇ ਤੁਸੀਂ ਪਿਛਲੇ 4 ਮਹੀਨਿਆਂ ਤੋਂ ਅੱਜ 136 ਦਿਨ ਹੋ ਗਏ ਆ ਸ਼ੰਭੂ ਖਨੌਰੀ ਤੇ ਰਤਨਪੁਰਾ ਮੋਰਚੇ ਲਾ ਕੇ ਬੈਠੇ ਜੀ। 17 ਤਰੀਕ ਨੂੰ SSP ਅਬਾਲਾ ਨੂੰ ਇਹ ਦੱਸ ਦਈਏ ਕਿ ਕਿਵੇਂ ਵਾਰ ਵਾਰ ਛੋਟੇ ਮੋਟੇ ਪਰਚਿਆਂ ਚ ਫਸਾ ਕੇ ਹਰ ਡਿਗਰੀ ਟੋਰਚਰ ਕੀਤਾ ਜਾ ਰਿਹਾ ਵਾ ਉਸ ਕਿਸਾਨੀ ਘੋਲ ਦੀ ਯੋਧੇ ਤੇ ਕਿਰਪੀਆਂ ਕਾਮਿਆਂ ਨੂੰ ਇੱਕ ਮਾਂ ਧੋ ਕੇ ਲੜਨ ਦੀ ਲੋੜ ਆ। ਆਓ 17 ਜੁਲਾਈ ਨੂੰ SSP ਅਬਾਲਾ ਬਹੁਤ ਵੱਡੇ ਇਕੱਠ ਕਰਕੇ ਇਹ ਦੱਸ ਦਈਏ ਵੀ ਇਹ ਲੋਕ ਜਿਹੜੇ ਆ ਇਹ ਸੁੱਤੇ ਨਹੀਂ ਗਏ। ਭਾਰਤ ਦੇ ਲੋਕਾਂ ਦਾ ਦੇਸ਼ ਆ ਤੇ ਲੋਕ ਆਪਣੀਆਂ ਮੰਗਾਂ ਮਸਲੇ ਨੂੰ ਹੱਲ ਕਰਾਉਣ ਤੱਕ ਲੜਾਈ ਜਾਰੀ ਰੱਖਣਗੇ। ਨਵਦੀਪ ਜਲਬੇੜਾ ਨੂੰ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ 3 ਮਹੀਨੇ ਤੋਂ ਪਰਸਮਾ ਹੋ ਗਿਆ ਸੁੱਟਿਆ ਵਾ। ਅਸਲ ਦੇ ਵਿੱਚ ਸੁੱਟਿਆ ਜਾਣਾ ਚਾਹੀਦਾ ਸੀਗਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਅਜੇ ਮਿਸ਼ਰਾ ਟਹਿਣੀ ਜੀ ਨੇ 4 ਕਿਸਾਨ ਇੱਕ ਪੱਤਰਕਾਰ ਵੀਰ ਦਰੜ ਕੇ ਸ਼ਹੀਦ ਕੀਤਾ ਸੀ। ਪਰ ਭਾਰਤ ਵਾਸੀਓ ਇੱਥੇ ਵੇਖ ਲਓ ਵਿਤਕਰਾ ਕਿੱਡਾ ਵੱਡਾ ਹੋ ਰਿਹਾ। ਇਸ ਵਿਤਕਰੇ ਦੇ ਬਰਖਿਲਾਫ਼ ਤੁਸੀਂ ਲਾਮਬੰਦ ਦੇ ਤੁਸੀਂ ਪਿਛਲੇ 4 ਮਹੀਨਿਆਂ ਤੋਂ ਅੱਜ 136 ਦਿਨ ਹੋ ਗਏ ਆ ਸ਼ੰਭੂ ਖਨੌਰੀ ਤੇ ਰਤਨਪੁਰਾ ਮੋਰਚੇ ਲਾ ਕੇ ਬੈਠੇ ਜੀ। 17 ਤਰੀਕ ਨੂੰ SSP ਅਬਾਲਾ ਨੂੰ ਇਹ ਦੱਸ ਦਈਏ ਕਿ ਕਿਵੇਂ ਵਾਰ ਵਾਰ ਛੋਟੇ ਮੋਟੇ ਪਰਚਿਆਂ ਚ ਫਸਾ ਕੇ ਹਰ ਡਿਗਰੀ ਟੋਰਚਰ ਕੀਤਾ ਜਾ ਰਿਹਾ ਵਾ ਉਸ ਕਿਸਾਨੀ ਘੋਲ ਦੀ ਯੋਧੇ ਤੇ ਕਿਰਪੀਆਂ ਕਾਮਿਆਂ ਨੂੰ ਇੱਕ ਮਾਂ ਧੋ ਕੇ ਲੜਨ ਦੀ ਲੋੜ ਆ। ਆਓ 17 ਜੁਲਾਈ ਨੂੰ SSP ਅਬਾਲਾ ਬਹੁਤ ਵੱਡੇ ਇਕੱਠ ਕਰਕੇ ਇਹ ਦੱਸ ਦਈਏ ਵੀ ਇਹ ਲੋਕ ਜਿਹੜੇ ਆ ਇਹ ਸੁੱਤੇ ਨਹੀਂ ਗਏ। ਭਾਰਤ ਦੇ ਲੋਕਾਂ ਦਾ ਦੇਸ਼ ਆ ਤੇ ਲੋਕ ਆਪਣੀਆਂ ਮੰਗਾਂ ਮਸਲੇ ਨੂੰ ਹੱਲ ਕਰਾਉਣ ਤੱਕ ਲੜਾਈ ਜਾਰੀ ਰੱਖਣਗੇ। ਨਵਦੀਪ ਜਲਬੇੜਾ ਨੂੰ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ 3 ਮਹੀਨੇ ਤੋਂ ਪਰਸਮਾ ਹੋ ਗਿਆ ਸੁੱਟਿਆ ਵਾ। ਅਸਲ ਦੇ ਵਿੱਚ ਸੁੱਟਿਆ ਜਾਣਾ ਚਾਹੀਦਾ ਸੀਗਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਅਜੇ ਮਿਸ਼ਰਾ ਟਹਿਣੀ ਜੀ ਨੇ 4 ਕਿਸਾਨ ਇੱਕ ਪੱਤਰਕਾਰ ਵੀਰ ਦਰੜ ਕੇ ਸ਼ਹੀਦ ਕੀਤਾ ਸੀ। ਪਰ ਭਾਰਤ ਵਾਸੀਓ ਇੱਥੇ ਵੇਖ ਲਓ ਵਿਤਕਰਾ ਕਿੱਡਾ ਵੱਡਾ ਹੋ ਰਿਹਾ। ਇਸ ਵਿਤਕਰੇ ਦੇ ਬਰਖਿਲਾਫ਼ ਤੁਸੀਂ ਲਾਮਬੰਦ ਦੇ ਤੁਸੀਂ ਪਿਛਲੇ 4 ਮਹੀਨਿਆਂ ਤੋਂ ਅੱਜ 136 ਦਿਨ ਹੋ ਗਏ ਆ ਸ਼ੰਭੂ ਖਨੌਰੀ ਤੇ ਰਤਨਪੁਰਾ ਮੋਰਚੇ ਲਾ ਕੇ ਬੈਠੇ ਜੀ। 17 ਤਰੀਕ ਨੂੰ SSP ਅਬਾਲਾ ਨੂੰ ਇਹ ਦੱਸ ਦਈਏ ਕਿ ਕਿਵੇਂ ਵਾਰ ਵਾਰ ਛੋਟੇ ਮੋਟੇ ਪਰਚਿਆਂ ਚ ਫਸਾ ਕੇ ਹਰ ਡਿਗਰੀ ਟੋਰਚਰ ਕੀਤਾ ਜਾ ਰਿਹਾ ਵਾ ਉਸ ਕਿਸਾਨੀ ਘੋਲ ਦੀ ਯੋਧੇ ਤੇ ਕਿਰਪੀਆਂ ਕਾਮਿਆਂ ਨੂੰ ਇੱਕ ਮਾਂ ਧੋ ਕੇ ਲੜਨ ਦੀ ਲੋੜ ਆ। ਆਓ 17 ਜੁਲਾਈ ਨੂੰ SSP ਅਬਾਲਾ ਬਹੁਤ ਵੱਡੇ ਇਕੱਠ ਕਰਕੇ ਇਹ ਦੱਸ ਦਈਏ ਵੀ ਇਹ ਲੋਕ ਜਿਹੜੇ ਆ ਇਹ ਸੁੱਤੇ ਨਹੀਂ ਗਏ। ਭਾਰਤ ਦੇ ਲੋਕਾਂ ਦਾ ਦੇਸ਼ ਆ ਤੇ ਲੋਕ
ਆਪਣੀਆਂ ਮੰਗਾਂ ਮਸਲੇ ਨੂੰ ਹੱਲ ਕਰਾਉਣ ਤੱਕ ਲੜਾਈ ਜਾਰੀ ਰੱਖਣਗੇ।